ਮੇਰੀ ਜਾਨੇ ਤਮੰਨਾ ਚੁਦਰਾਣੀ ਨੂਰੀ ਕਬ ਤੱਕ ਇੰਤਜ਼ਾਰ ਕਰਾਓਗੀ ਆਪਣੇ ਵਲੈਤੀ ਮਜਨੂ ਕੋ ਚੁਦਰਾਣੀ ਨੂਰੀ ਆ ਜਾਓ ਆਈ ਲਵ ਯੂ ਟੂ ਮੀ ਇੱਕ ਤਾਂ ਬਾਈ ਨੂੰ ਕੁੜਵਾਲ ਪੈ ਵੈਂਦੇ ਅੱਜ ਮੈਂ ਤੇਰੇ ਨਾਲ ਆਖਰੀ ਗੱਲ ਕਰਨ ਆਇਆ ਕਰ ਜੇ ਤੂੰ ਮੇਰੇ ਨਾਲ ਪਿਆਰ ਕਰੇ ਨੀ ਤਾਂ ਆਪਾਂ ਇੱਥੋਂ ਬਾਅਦ ਚਲੀਏ ਨਿਕਲੀਏ ਇੱਥੋਂ ਨਹੀਂ ਤਾਂ ਮੈਂ ਖੁਦ ਕਸ਼ਤੀ ਕਰੇ ਨਾ ਉਹੀ ਅਨਪੜ੍ਹ ਦਾ ਅਨਪੜ੍ਹ ਹੀ ਰਿਹਾ ਹੈ ਨਾ ਖੁਦਕੁਸ਼ੀ ਹੁੰਦਾ ਹੈ ਉਹ ਖੁਦ ਕਸ਼ਤੀ ਅੱਛਾ ਚੱਲ ਮੇਰੀ ਗੱਲ ਸੁਣ ਤੂੰ ਕਹਿੰਦਾ ਨਾ ਕਿ ਮੈਂ ਤੇਰੇ ਨਾਲ ਭੱਜ ਜਾਵਾਂ ਮੈਂ ਤੇਰੇ ਨਾਲ ਚਲੀ ਜਾਂਦੀ ਹਾਂ ਪਰ ਮੇਰੀ ਇੱਕ ਸ਼ਰਤ ਹੈ ਸਭ ਤੋਂ ਪਹਿਲੇ ਖੜੇ ਹੋ ਕੇ ਮੇਰੀ ਗੱਲ ਸੁਣ ਪਹਿਲੇ ਸਭ ਤੋਂ ਪਹਿਲੇ ਅਦਾਲਤ ਵਿੱਚ ਜਾ ਕੇ ਜਿਹੜੇ ਤੇਰੇ 25 ਵਿਘੇ ਜ਼ਮੀਨ ਹੈ ਨਾ ਉਹ ਮੇਰੇ ਨਾਮ ਕਰਾਵੇਂਗਾ ਤੇ ਫਿਰ ਮੈਂ ਉਸ ਤੋਂ ਅੱਗੇ ਤੇਰੇ ਨਾਲ ਜਾਵਾਂਗੀ ਮੈਂ ਜਿੰਦੀ ਤੇਰੇ ਨਾਵੇਂ ਕਰਾ ਦੇ ਮੈਂ ਤੈਨੂੰ ਐਵੇਂ ਨਹੀਂ ਕਹਿੰਦੀ ਪਈ ਤੈਨੂੰ ਪਤਾ ਹੈ ਨਾ ਕਿ ਮੈਂ ਚੌਧਰੀ ਖੁਸ਼ੀਏ ਦੀ ਬੇਗਮ ਆ ਉਹਦੇ ਮੁਰੱਬਿਆਂ ਨਾਲ ਜ਼ਮੀਨ ਹੈ ਤੇ ਮੈਂ ਵੀ ਤੇ ਉਹਨੂੰ ਧੋਖਾ ਦੇ ਕੇ ਤੇਰੇ ਨਾਲ ਨੱਠਣਾ ਹੈ ਨਾ ਚੰਗਾ ਭਲਾ ਉਹ ਸਾਰਾ ਦਿਨ 5-10 ਪੰਚਾਇਤਾਂ ਮਕਾਂਦਾ ਹੈ ਇੱਜ਼ਤਦਾਰ ਬੰਦਾ ਹੈ ਚੌਧਰੀ ਹੈ ਤੇ ਜੇਕਰ ਮੈਂ ਐਵੇਂ ਨੱਠ ਗਈ ਤੇ ਉਹਦੀ ਵੀ ਤੇ ਇੱਜ਼ਤ 'ਚ ਫਰਕ ਆਉਣਾ ਹੈ ਨਾ ਤਦ ਤੂੰ 25 ਵਿਘੇ ਜ਼ਮੀਨ ਮੇਰੇ ਨਾਮ ਲਵਾ ਤੇ ਫਿਰ ਅੱਗੇ ਤੇਰੇ ਨਾਲ ਤੁਰਾਂਗੀ ਚੱਲ ਮੁੜ ਟੁਰ ਅਦਾਲਤਾਂ ਬੰਦ ਨਾ ਹੋ ਜਾਵੇਂ ਜ਼ਮੀਨ ਤੇਰੇ ਨਾ ਕਰਵਾਵਾਂ ਇੱਕ ਮਿੰਟ ਮੈਨੂੰ ਕੁਰਾਨੀ ਨੂੰ ਦੱਸ ਲਓ ਡਬਲੀ ਨਹੀਂ ਡਬਲੀ ਜੀ ਚੁਦਰਾਨੀ ਜੀ ਇੱਧਰ ਹੈ ਫੜ ਬੱਕਰੀ ਫੜ ਤੂੰ ਇਹਨੂੰ ਬੱਕਰੀ ਨੂੰ ਲੈ ਕੇ ਘਰ ਚੱਲ ਤੇ ਮੈਂ ਇਹਨੂੰ ਨਾ ਅਮਰੂਦਾਂ ਦਾ ਬਾਗ ਵਹਾ ਲਵਾਂ ਛੇਤੀ ਆ ਜਾਈ ਫਿਰ ਚੌਧਰੀ ਸਾਹਿਬ ਦੇ ਨਾਲ ਇੰਤਜ਼ਾਰ ਕਰਦੇ ਹੋਣਗੇ ਚਲੋ ਠੀਕ ਹੈ ਚੱਲ ਨੂਰ ਨਜ਼ੀਰ ਚਲੋ ਮੈਂ ਉੱਥੇ ਜਾ ਕੇ ਪੰਚਾਇਤ ਵੀ ਮੁਕਾਣੀ ਗੱਡੀ ਨਵੀਂ ਅੱਜ ਹੀ ਖਰਾਬ ਹੋਣਾ ਸੀ ਨਿਕਲ ਗਈ ਹੈ ਉਹਦੇ ਤਾਂ ਦੋ ਬੱਚੇ ਨਹੀਂ ਸੀ
ਹਾਂ ਦੋ ਬੱਚੇ ਨੇ ਘਰ ਨੇ ਉਹ ਆਪ ਕਿਸੇ ਦੇ ਨਾਲ ਨਿਕਲ ਗਈ ਸੁਬੋ ਦੀ, ਤੂੰ ਦੱਸ ਮੈਂ ਇਹਨੂੰ ਕੀ ਮੂੰਹ ਵਿਖਾਵਾਂ। ਦੋ ਬੱਚੇ ਛੱਡ ਕੇ ਕਿਸੇ ਨਾਲ ਨੱਸ ਗਈ, ਤੂੰ ਚੁੱਪ ਕਰ ਭੋਲੇ, ਤੂੰ ਕਿਉਂ ਰੋਣਾ, ਤੂੰ ਇੰਜ ਕਰ ਪਿੰਡ ਵਾਲੇ ਚੌਧਰੀ ਕੋਲ ਜਾ, ਉਹਦੇ ਕੋਲ ਫੈਸਲਾ ਰੱਖ, ਕਿਉਂਕਿ ਉਹ ਆਖਦਾ ਹੈ ਨਾ ਕਿ ਕਿਸੇ ਥਾਣੇ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਮੇਰੇ ਕੋਲ ਆਇਆ ਕਰੋ ਤੇ ਤੂੰ ਉਹਦੇ ਕੋਲ ਪੰਚਾਇਤ ਰੱਖ। ਮੁੱਖੋ ਤੂੰ ਪਾਗਲ ਤੇ ਨਹੀਂ ਹੋ ਗਈ? ਹਾਂ ਇੱਕ ਤੇ ਮੇਰੀ ਫੁੱਫੋ ਨਿਕਲ ਗਈ, ਦੂਸਰਾ ਪੰਚਾਇਤ ਦੇ ਵਿੱਚ 10 ਬੰਦਿਆਂ 'ਚ ਬਹਿ ਕੇ ਡਾਕਟਰ ਭੋਲਾ ਦੱਸੇ ਕਿ ਮੇਰੀ ਫੁੱਫੋ ਕਿਸੇ ਨਾਲ ਭੱਜ ਗਈ ਹੈ, ਮੇਰੇ ਲਈ ਤੇ ਮਰ ਜਾਣ ਦਾ ਮੁਕਾਮ ਹੈ। ਵੈਸੇ ਗਈ ਕਿੱਥੇ ਹੋਣੀ ਹੈ? ਮੁੱਖੋ ਮੈਨੂੰ ਪਤਾ ਹੁੰਦਾ ਜਾ ਕੇ ਉਹਨੂੰ ਮੈਂ ਲੈ ਨਾ ਆਂਦਾ। ਅੱਛਾ ਹੁਣ ਤੂੰ ਦੇਰ ਨਾ ਕਰ, ਤੂੰ ਪਿੰਡ ਵਾਲੇ ਚੌਧਰੀ ਕੋਲ ਜਾ, ਮੈਂ ਵੀ ਤੇਰੇ ਨਾਲ ਚੱਲਨੀ ਆ। ਨਹੀਂ ਨਹੀਂ ਤੂੰ ਇੱਥੇ ਰਹਿ, ਉਹ ਨਾ ਹੋਵੇ ਤੂੰ ਵੀ ਕਿਸੇ ਨਾਲ ਭੱਜ ਜਾਵੇ। ਹਾਂ ਮੈਂ ਤੈਨੂੰ ਇੱਦਾਂ ਹੀ ਲੱਗ ਰਹੀ ਆ। ਫੁੱਫੀ ਵੀ ਮੈਨੂੰ ਇਹੀ ਕਹਿੰਦੀ ਸੀਗੀ। ਹੁਣ ਇਤਬਾਰ ਉੱਠ ਗਿਆ ਮੈਨੂੰ, ਮੈਂ ਚੱਲਣਾ ਆ, ਤੂੰ ਸਿੱਧਾ ਘਰੇ ਜਾਈ। ਮੱਖੋ ਮੈਂ ਤੇਰੇ ਨਾਲ ਵਿਆਹ ਕਰਾਂਗਾ ਨਾ, ਜੇ ਮੇਰੀ ਫੁੱਫੀ ਨਾ ਆਈ ਨਾ ਉਹ ਦੋਵੇਂ ਬੱਚੇ ਤੂੰ ਸੰਭਾਲਣੇ ਨੇ। ਕਿਉਂ ਨੀ ਭੋਲੇ, ਮੈਂ ਸੰਭਾਲਾਂਗੀ। ਠੀਕ ਆ ਮੈਂ ਚੱਲਦਾ ਆ। ਅੱਛਾ ਅੱਛਾ ਤੂੰ ਸਿੱਧਾ ਘਰੇ ਜਾਈ, ਮੈਂ ਆ ਜਾਂਦਾ। ਠੀਕ ਆ। ਵਰਿਆਨ ਕਦੋਂ ਆਵਣਾ ਚੌਧਰੀ? ਉਹ ਚੌਧਰੀ ਸਾਹਿਬ ਆ ਜਾਂਦੇ ਨੇ, ਤੁਹਾਡੇ ਫੈਸਲੇ ਕਰ ਲੈਂਦੇ ਨੇ। ਓ ਚੌਧਰੀ ਸਾਹਿਬ ਆ ਗਏ ਨੇ। ਹਾਂ ਵਰਿਆਮ ਰੌਲਾ ਕੀ ਏ? ਅਜੇ ਜੀ ਮਲੰਗੀ ਦਾ ਰੌਲਾ। ਆ ਮਲੰਗੀ ਉਰ ਆ ਜਾ, ਮਲੰਗੀ ਆ ਜਾ ਉਰਾ, ਚੌਧਰੀ ਸਾਹਿਬ ਬੁਲਾ ਰਹੇ ਨੇ। ਚੌਧਰੀ ਸਾਹਿਬ ਉਹ ਮਲੰਗੀ ਆ ਗਿਆ। ਸਲਾਮ ਅਲੈਕੁਮ ਚੌਧਰੀ ਸਾਹਿਬ। ਵਾਲੇਕੁਮ ਸਲਾਮ। ਹਾਂ ਮਲੰਗੀ। ਚੌਧਰੀ ਸਾਹਿਬ ਮੇਰੇ ਨਾਲ ਬਹੁ ਜ਼ਿਆਦਤੀ ਹੋਈ ਹੈ ਜੀ। ਕੀ ਹੋਇਆ? ਚੌਧਰੀ ਸਾਹਿਬ ਮੈਂ ਪਿਆਸੂ ਸੁੱਤਾ। ਅੱਛਾ ਦੱਸਦਾ ਪਿਆ ਜੀ, ਮੈਂ ਪਿਆਸੂ ਸੁੱਤਾ। ਅੱਛਾ ਫਿਰ ਕੀ ਹੋਇਆ? ਅੱਜ ਦੱਸਦਾ ਪਿਆ ਪਿਆਸੂ ਸੁੱਤਾ ਜੀ ਮੈਂ। ਅੱਗੇ ਕੀ ਹੋਇਆ? ਸੁੱਤਾ ਤਾਂ ਤੂੰ ਪਿਆ ਸੀ, ਅੱਗੇ ਕੀ ਹੋਇਆ? ਮੋੜ ਮੈਂ ਉੱਠੀ ਪਿਆ ਜੀ, ਮੈਂ ਆਖਿਆ ਸਿਗਰਟ ਤਾਂ ਪੀ ਲਵਾਂ, ਰਾਤ ਦਾ 12 ਵਜੇ ਦਾ ਟਾਈਮ ਆ। ਅੱਛਾ ਜੀ ਸਾਹਿਬ ਮੈਂ ਚੌਧਰੀ ਸਾਹਿਬ ਸਿਗਰਟ ਪੀਤੀ ਰੋਏ। ਸਿਗਰਟ ਕੋਈ ਨੀ ਸੀ, ਸਿਗਰਟ ਹੈਗੀ ਆਏ ਮੇਰੀ ਲਾਲ ਵਾਲੀ ਮੰਜੀ ਤੇ ਬੈਨ ਕੋਈ ਨੀ ਆਏ। ਬੜੀ ਅਫਸੋਸਨਾਕ ਗੱਲ ਹੈ ਚੌਧਰੀ ਸਾਹਿਬ, ਜੇ ਮੈਂ ਜਾਣਦੇ ਹੋ ਮੇਰੀ ਬਹਿਣ ਵਾਪਸੀ ਕਰਾ ਦਿਓ। ਹਾਲ ਅੱਛਾ ਫਿਰ ਕੀ ਹੋਇਆ? ਓ ਚੌਧਰੀ ਸਾਹਿਬ ਜਿਹੜੇ ਫਿਰ ਕੀ ਹੋਇਆ? ਉਹ ਅੱਗੇ ਤੇ ਬੈਠਾ ਮੇਰੀ ਬਹਿਣ ਨਿਕਲ ਗਈ, ਉਹਦੀ ਬਹਿਣ ਬੋਲਦੇ ਹੋ ਜਿਹੜੇ ਫਿਰ ਕੀ ਹੋਇਆ ਚੌਧਰੀ ਸਾਹਿਬ? ਓਹੋ ਦੱਸੋ ਇਹ ਹਾਲਾਤ ਨੇ ਸਾਡੇ ਪਿੰਡ ਦੇ। ਇਹਦੀ ਇਹ ਗੱਲ ਸੁਣ ਕੇ ਬੜਾ ਦੁੱਖ ਹੋਇਆ ਮਲੰਗੀ। ਆਓ ਡਾਕਟਰ ਸਾਹਿਬ। ਵਾਲੇਕੁਮ ਸਲਾਮ ਡਾਕਟਰ ਸਾਹਿਬ, ਖੈਰ ਹੈ? ਤੁਸੀਂ ਤੇ ਸਾਡੇ ਪਿੰਡ ਦੇ ਬੜੇ ਅੱਛੇ ਡਾਕਟਰ ਹੋ, ਤੇ ਰੋ ਰਹੇ ਹੋ, ਹੋਇਆ ਕੀ ਡਾਕਟਰ ਸਾਹਿਬ? ਚੌਧਰੀ ਸਾਹਿਬ ਸੁਬੋ ਦੀ ਮੇਰੀ ਫੁੱਫੋ ਕਿਸੇ ਨਾਲ ਭੱਜ ਗਈ ਹੈ। ਤੇਰੀ ਫੁੱਫੋ ਕਿਸੇ ਨਾਲ ਨੱਸ ਗਈ? ਕੀ ਹੋ ਰਿਹਾ ਸਮਝ ਨਹੀਂ ਆ ਰਹੀ। ਇਹ ਮਲੰਗੀ ਦੀ ਭੈਣ ਨੱਸ ਗਈ ਏ, ਤੇਰੀ ਫੁੱਫੋ ਨੱਸ ਗਈ ਏ, ਕੀ ਹੋ ਰਿਹਾ ਸਾਡੇ ਪਿੰਡ 'ਚ? ਅੱਬਾ ਹਾਂ ਮੇਰੀ ਅੰਮਾ ਤਾਂ ਘਰ ਬੈਠੀ ਹੈ ਨਾ। ਭੈਣ ਨਿਕਲ ਗਈ ਬੇਚਾਰਾ ਰੋਵੇ ਹੀ ਨਾ। ਤੂੰ ਚੁੱਪ ਕਰ, ਭੈਣ ਨਿਕਲ ਗਈ ਹੈ।
ਸੋਚਣ ਤੇ ਮੈਨੂੰ ਚੁੱਪ ਕਰ ਪਿੱਛੋਂ ਖੜੋ ਤੇ ਸੋਚਣ ਤੇ ਮੈਨੂੰ ਮੇਰੀ ਮਾਂ ਬਚ ਗਈ ਹੈ ਉਹਦੀ ਭੈਣ ਨੱਸ ਗਈ ਤੇਰੀ ਉਹਦੀ ਮਾਂ ਨੱਸ ਗਈ ਮੇਰੀ ਮਾਂ ਪਤਾ ਨੀ ਕਿਸੇ ਨੂੰ ਬਚ ਗਈ ਅੱਛਾ ਹੌਸਲਾ ਕਰ ਹੌਸਲਾ ਕਰ ਚੌਧਰੀ ਸਾਹਿਬ ਮੇਰੀ ਇਕਲ ਹੋ ਗਿਆ ਦੀ ਮਾਂ ਹੌਸਲਾ ਕਰ ਹੌਸਲਾ ਉਹ ਨੌਕਰਾ ਜੀ ਗੱਲ ਸੁਣ ਮੇਰੀ ਬੀਵੀ ਨੂਰੀ ਨੂੰ ਕਹੇ ਠੰਡਾ ਪਾਣੀ ਦੇਵੇ ਤੇ ਨਾਲੇ ਉਹਨੂੰ ਕਹੇ ਚਾਹ ਵੀ ਬਣਾਵੇ ਠੀਕ ਚੌਧਰੀ ਸਾਹਿਬ ਮੈਂ ਆਇਆ ਤੇ ਹੀ ਗਿਆ ਚੌਧਰੀ ਸਾਹਿਬ ਮੇਰੀ ਮਾਂ ਲੋਹਦੇ ਦੀ ਕਮਾਈ ਹੌਸਲਾ ਕਰ ਹੌਸਲਾ ਕਰ ਤੁਹਾਡੀ ਔਰਤਾਂ ਦੀ ਗੈਰਤ ਮਰ ਗਈ ਹੈ ਪਰ ਤੁਸੀਂ ਆਪਣੇ ਘਰ ਦੀ ਔਰਤਾਂ ਦਾ ਖਿਆਲ ਨਹੀਂ ਕਰ ਸਕਦੇ ਮਲੰਗੀ ਸ਼ਰਮ ਨਹੀਂ ਆਉਂਦੀ ਤੈਨੂੰ ਉਹ ਖਿਆਲ ਕੀਤਾ ਕਰੋ ਤੇਰੀ ਭੈਣ ਨੱਸ ਗਈ ਹੈ ਇਹਨੂੰ ਵੇਖ ਇਹਦਾ ਕੱਦ ਵੇਖ ਉਹ ਇਹਦੀ ਫੁੱਫੀ ਨੱਸ ਗਈ ਹੈ ਗੈਰਤ ਕੋਈ ਨੀ ਤੁਹਾਨੂੰ ਉਹ ਆਪਣੇ ਘਰ ਦਾ ਖਿਆਲ ਨਹੀਂ ਰੱਖ ਸਕਦਾ ਤੁਸੀਂ ਚੋਈ ਸਾਹਿਬ ਸੁਬਹ ਸੁਬਹ ਉੱਠੀ ਹੈ ਮਾਸ਼ਾਅੱਲਾ ਪਰਹੇਜ਼ਗਾਰ ਸੀ ਉਹਨੇ ਰੋਜ਼ਾ ਰੱਖਿਆ ਨਮਾਜ਼ ਪੜ੍ਹੀ ਹੈ ਮੈਂ ਵੀ ਮਤਲਬ ਕਿ ਉਹਦੇ ਨਾਲ ਰੋਜ਼ਾ ਰੱਖ ਕੇ ਥੋੜੀ ਦੇਰ ਬਾਅਦ ਮੈਂ ਸੌ ਗਿਆ ਉੱਠਿਆ ਤੇ ਹੈ ਨਹੀਂ ਸੀ ਘਰ ਦੀ ਔਰਤਾਂ ਦਾ ਖਿਆਲ ਰੱਖਿਆ ਕਰੋ ਭਾਵੇਂ ਕਾਰੋਬਾਰ ਵੀ ਕਰਦੇ ਹੋ ਇਹਨੂੰ ਵੇਖ ਲੈ ਇਹਨੇ ਤੇ ਹੱਦ ਮੁਕਾਤੀ ਇਹਦੀ ਮਾਂ ਨੱਸ ਗਈ ਹੈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਓਏ ਇੱਧਰ ਆਵੇ ਨਾ ਮਲੰਗੀ ਇੱਧਰ ਆਵੇ ਓਏ ਇੱਧਰ ਆ ਮੈਂ ਤੈਨੂੰ ਦੱਸਾਂ ਤੁਹਾਨੂੰ ਹਯਾ ਬਗਾਰਤ ਇਨਸਾਨ ਤੁਹਾਨੂੰ ਦਾ ਖਿਆਲ ਨਹੀਂ ਰੱਖਦੇ ਨੱਸਦਾਂ ਤੇ ਚੌਧਰੀ ਕੋਲ ਨੇ ਹਯਾ ਗੈਰਤ ਮਰ ਗਈ ਤੁਹਾਡੀ ਮੈਨੂੰ ਵੇਖੋ ਚੌਧਰੀ ਬੰਦਾ ਉਹ ਦਿਨ ਚ ਪੰਜ ਪੰਜ ਫੈਸਲੇ ਮੁਕਾਨਾ ਗਮੀ ਖੁਸ਼ੀ ਤੇ ਵੀ ਜਾਣਾ ਕਾਰੋਬਾਰ ਦਾ ਵੀ ਧਿਆਨ ਰੱਖਣਾ ਫੇਰ ਵੀ ਵੇਖੋ ਮੇਰੀ ਗੈਰਤ ਉਹ ਮੇਰੇ ਘਰ ਦੀ ਬੱਕਰੀ ਵੀ ਕਰੋ ਬਾਹਰ ਨਹੀਂ ਨਿਕਲਦੀ ਉਹ ਬੱਕਰੀ ਤੇ ਛੱਡ ਕੇ ਕੁਕੜੀ ਵੀ ਕਰੋ ਬਾਹਰ ਨਹੀਂ ਨਿਕਲਦੀ ਏਡਾ ਗੈਰਤਮੰਦ ਆਦਮੀ ਆ ਤੁਹਾਨੂੰ ਹਯਾ ਹੀ ਨਹੀਂ ਆਉਂਦਾ ਮਾਂ ਫੁੱਫੀ ਭੈਣ ਨਸਾ ਕੇ ਤੇ ਮੇਰੇ ਕੋਲ ਆ ਗਏ ਕਿਵੇਂ ਸਮਝਾਵਾਂ ਤੁਹਾਨੂੰ ਉਹ ਸਿੱਖੋ ਮੇਰੇ ਕੋਲੋਂ ਘਰ ਦਾ ਖਿਆਲ ਕਿਵੇਂ ਰੱਖਣਾ ਉਹ ਪਾਣੀ ਲੈ ਕੇ ਆਂਦਾ ਚੋਰੀ ਸਾਹਿਬ ਪਾਣੀ ਕਿਵੇਂ ਲਾਇਆ ਵਾ ਤੁਹਾਡੀ ਬੇਗਮ ਆਪ ਕਹਿ ਨਾਲ ਨਿਕਲ ਗਈ ਅੱਛਾ ਹੈ ਹਾਂ 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 ਹਾ